तरनतारन दे डिप्टी कमिश्नर प्रदीप सबरवाल दे हुक्मां दे चलदे होए तरनतारन दे विच जो दुकानदार अपनियां दुकानां तों बाहर समान लगाउंदे सन उन्हां दे चलान कट्टण दे हुक्म जारी कीते गए सी। दुकानदारां दे चलान 200 रुपए, 500 रुपए, 1000 रुपए तों लै के 2000 रुपए तक कीते गए, पर इन्ने वड्डे चलान कट्टण दे नाल लोकां दे विच हाहाकार मच गया। जद इस बारे तरनतारन कांग्रेस पार्टी विधायक डॉक्टर धर्मवीर अग्निहोत्री नूं पता लग्या ਤਾਂ ਉਹਨਾਂ ਨੇ ਇਸ ਗੱਲ ਦਾ ਬਹੁਤ ਬੁਰਾ ਮੰਨਿਆ ਅਤੇ ਡੋਰ ਟੂ ਡੋਰ ਜਾ ਕੇ ਜਿਨ੍ਹਾਂ ਦੁਕਾਨਦਾਰਾਂ ਦੇ ਅਫਸਰਾਂ ਦੇ ਵੱਲੋਂ ਚਲਾਨ ਕੀਤੇ ਗਏ ਸੀ ਉਹ ਸਾਰੇ ਉਹਨਾਂ ਤੋਂ ਵਾਪਸ ਲਏ ਗਏ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾਂ ਕਦੇ ਨਹੀਂ ਹੋਇਆ ਕਿ ਚਲਾਨ ਕੱਟੇ ਗਏ ਹੋਣ ਅਤੇ ਬਾਅਦ ਦੇ ਵਿੱਚ ਵਾਪਸ ਲਏ ਗਏ ਹੋਣ। ਅਕਾਲੀ ਪਾਰਟੀ ਵੇਲੇ ਵੀ ਚਲਾਨ ਹੁੰਦੇ ਸੀ ਪਰ ਵਾਪਸ ਨਹੀਂ ਲਏ ਜਾਂਦੇ ਸੀ। ਕਾਂਗਰਸ ਪਾਰਟੀ ਨੇ ਦਿਖਾ ਦਿੱਤਾ ਕਿ ਉਹ ਤਰਨ ਤਾਰਨ ਦੀ ਜਨਤਾ ਦੇ ਨਾਲ ਨੇ ਅਤੇ ਰਹਿਣਗੇ। इस करके बेनती करता वा कि जो किया ਇਹਦੇ ਨਾਲ ਦਾ ਤੁਹਾਨੂੰ ਲੀਡਰ ਤਰਨਤਾਰਨ ਨਹੀਂ ਮਿਲਣਾ। ਕਾਂਗਰਸ ਦਾ ਬਹੁਤ ਨੇਕ ਤੇ ਵਧੀਆ ਆਦਮੀ ਮਿਲਿਆ ਵਾ। ਉਹਨਾਂ ਨੇ ਵੇਖਣ ਨੂੰ ਮਿਲਿਆ ਕਿ ਸਾਰੇ ਚਲਾਨ ਆਪਣੇ ਹੱਥਾਂ 'ਚ ਲੈ ਲਏ ਨੇ, ਸਾਰੇ ਜਿੰਨੇ ਚਲਾਨ ਉਹਨਾਂ ਸਾਰੇ ਲੋਕਾਂ ਨੂੰ ਪੈਸੇ ਵਾਪਸ ਹੋਣਗੇ ਤੇ ਕਾਹ ਚਲਾਨ ਨਹੀਂ ਹੋਣਗੇ। ਗਲਤ ਕੰਮ ਇਹ ਤਰੀਕੇ ਨਾਲ ਕਰਦੇ ਕਿ ਅਫਸਰ ਦੀ ਗਾਈਡ ਕਰਦੇ ਤੇ ਅਫਸਰ ਦੇ ਨਾਲ ਚੱਲਦੇ, ਜੇ ਲੀਡਰ ਦੇ ਨਾਲ ਚੱਲਦੇ ਕਿਸੇ ਨਾਲ ਜੇ ਬੰਦੇ ਨੂੰ ਮੋਹਰ ਬੰਦੇ ਨਾਲ ਲੈ ਕੇ ਚੱਲਦੇ ਜਿੱਦਾਂ ਲੋਕਾਂ ਨੂੰ ਵੀ ਪਤਾ ਲੱਗਦਾ ਨਹੀਂ। ਜਾਦੂ ਕਿਉਂ ਨਹੀਂ, ਜਿਹੜੇ ਸ਼ਹਿਰ ਦੇ ਬੰਦੇ ਨੇ ਅਧਿਕਾਰ ਰੱਖਦੇ ਨੇ ਆਪਣਾ ਕੋਲ ਰੱਖਦੇ ਨੇ, ਉਹ ਲੋਕਾਂ ਨੂੰ ਦੱਸ ਸਕਦੇ ਨੇ ਕਿ ਕਿਹਦੀਆਂ ਮੁਸ਼ਕਲਾਂ ਕਿੱਦਾਂ ਆਈਆਂ। ਪਹਿਲਾਂ ਬਕਾਇਦਾ ਤਰਨਤਾਰਨ ਦੇ ਵਿੱਚ ਮਹੀਨੇ ਬਾਅਦ ਇਹਨਾਂ ਦੀ ਮੀਟਿੰਗ ਹੁੰਦੀ ਸੀ, ਸ਼ਿਕਾਇਤ ਕਮੇਟੀ ਦੀ। ਸ਼ਿਕਾਇਤ ਕਮੇਟੀ ਹਰ ਕੋਈ ਬੰਦਾ ਆਪਣੀ ਜੋ ਆਪਣੀ ਮੁਸ਼ਕਲ ਦੱਸਦਾ, ਉਸ ਤੋਂ ਬਾਅਦ ਕੋਈ ਮੁਸ਼ਕਲ ਅੱਜ ਕੱਲ੍ਹ ਨਾ ਕੋਈ ਅਫਸਰ ਕਦੀ ਬੈਠਾ ਨਾ ਕੋਈ ਸ਼ਹਿਰਾਂ ਕੋ ਤੁੱਟਿਆ। ਅੱਜ ਬਲਜਿੰਦਰ ਸਿੰਘ ਜੀ ਹੈਗੇ ਸੈਕਟਰੀ ਬੈਟਰ, ਉਹਨਾਂ ਸਿਰੇ ਸਿਰੇ ਲੋਕਾਂ ਨੂੰ ਬੋਣੀ ਵੀ ਨਹੀਂ ਕੀਤੀ, 1000 ਰੁਪਇਆ ਖੋ ਕੇ ਲੈ ਗਏ। ਮੈਂ ਉਹਨਾਂ ਟੱਕਿਆ, ਉਹ ਬਕਾਇਦਾ ਬੌਬੀ ਦੀ ਦੁਕਾਨ ਤੇ ਉਹ ਉੱਥੇ ਬੈਠੇ ਪੈਸੇ ਲੈ ਰਹੇ, ਉਹਨੇ ਪੈਸਾ ਨਹੀਂ ਵਟਿਆ, ਬੋਣੀ ਨਹੀਂ ਕੀਤੀ ਉਹਨੇ, ਤੇ ਮੈਂ ਉਹਨੂੰ ਕਿਹਾ ਜਾ ਕੇ ਵੀ ਇਸ ਬੰਦੇ ਨੇ ਬੋਣੀ ਨਹੀਂ ਕੀਤੀ, ਤੂੰ 9 ਵਜੇ ਪੈਸੇ ਲੈਣ ਆ ਗਿਆ ਵਾ, 9 ਵਜੇ ਦੁਕਾਨਾਂ ਟਾਈਮ ਖੁੱਲਣ ਦਾ। ਲੇਕਿਨ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੂੰ ਆਪਣੀ ਜੇਬ ਭਰਨ ਵਾਸਤੇ ਲੋਕਾਂ ਨੂੰ ਲੁੱਟਦੇ ਪਏ ਨੇ। ਤਰਨ ਤਾਰਨ ਦੇ ਵਿੱਚ ਤਾਂ ਅੱਗੇ ਕਾਰੋਬਾਰ ਕਹਿੰਦਾ ਇੰਨੀ ਗਾ, ਕਚਹਿਰੀ ਬਾਹਰ ਚੱਲ ਗਈ ਆ, ਸ਼ਹਿਰ ਉਜਾੜਿਆ ਗਿਆ ਵਾ, ਨੋਟਬੰਦੀ ਨਾਲ ਲੋਕੀ ਉੱਜੜੇ ਪਏ ਨੇ, ਜਿਹੜੇ ਬਿੱਲ ਆਉਣਾ ਲੋਕ ਉੱਜੜੇ ਪਏ ਨੇ। ਇਹ ਲੋਕਾਂ ਦੇ ਡਸਟੀ ਕੋਈ ਇੰਨੀ ਗੀ, ਜੇ ਕਾਂਗਰਸ ਨੇ ਜ਼ਿਲ੍ਹਾ ਬਣਾਇਆ ਵਾ ਇਹਨੂੰ ਡਸਟੀ ਦੇਣ ਕੋਈ, ਜਿਹਨਾਂ ਲੋਕਾਂ ਦਾ ਕਾਰੋਬਾਰ ਵਧੇ। ਕੱਲ੍ਹ ਸਾਡੇ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੀ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਲੈ ਕੇ ਬੀਤੀ ਸੀ ਬਹੁਤ ਲੰਬੇ ਸਮੇਂ ਤੋਂ, ਉਹਨਾਂ ਦੇ ਚਲਾਨ ਕੱਟੇ ਕੀਤੇ ਗਏ ਨੇ। ਬਹੁਤ ਦੁਖਦਾਈ ਜਿਹੜੀ ਹੈਗੀ ਆ ਇਹ ਘਟਨਾ ਹੋਈ ਹੈ। ਬਹੁਤ ਛੋਟੇ ਜਿਹੇ ਸ਼ਹਿਰ ਵਾ, ਬਹੁਤ ਛੋਟੀ ਜਿਹੀ ਜਿਹੜੀ ਇੱਥੇ ਸੜਕਾਂ ਨੇ, ਬਹੁਤ ਲੋਕ ਮਜ਼ਬੂਰ ਹੁੰਦੇ ਨੇ ਥੋੜ੍ਹੀ ਬੋਲੀ ਜਗ੍ਹਾ ਕੇ ਲੱਗਦਾ, ਔਰ ਇਸ ਤਰ੍ਹਾਂ ਦੇ ਚਲਾਨ ਦੇ ਨਾਲ ਸਾਰੇ ਸ਼ਹਿਰ ਦੇ ਹਾਹਾਕਾਰ ਮੱਚੀ ਹੋਈ ਆ, ਔਰ ਇੱਕ ਅਫਸਰ ਦੇ ਕਰਕੇ ਸਾਰੀ ਸਰਕਾਰ ਦੀ ਗੁਲਾਮੀ ਹੁੰਦੀ ਹੈ। ਮੈਂ ਕਦੇ ਸ਼ਬਦਾਂ 'ਚ ਇਸ ਗੱਲ ਦਾ ਵਿਰੋਧ ਕਰਦਾ ਹਾਂ। ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਸੀ ਕਿ ਇਹ ਸਟੈਪ ਲੈਣ ਤੋਂ ਪਹਿਲਾਂ ਸੂਚਨਾ ਕਰਦੇ, ਸਾਰੇ ਸ਼ਹਿਰ ਦੇ ਵਿੱਚ ਲਾਊਡ ਸਪੀਕਰ 'ਤੇ ਅਨਾਊਂਸਮੈਂਟ ਕਰਾਉਂਦੇ ਕਿ ਤੁਸੀਂ ਇਨਕਰੋਚਮੈਂਟ ਨਾ ਕਰੋ, ਆਪਣੀ ਆਪਣੀ ਜਗ੍ਹਾ ਛੱਡ ਕੇ ਕਰਦੇ ਅੱਗੇ ਅੱਗੇ ਤੁਸੀਂ ਆਪਣਾ ਕੰਮ ਰੱਖੋ ਤਾਂ ਜੋ ਕਿ ਆਵਾਜਾਈ ਦੀ ਮੁਸ਼ਕਲ। ਇਸ ਤਰ੍ਹਾਂ ਇੱਕ ਗਰੀਬ ਬੰਦਾ ਜਿਹੜਾ ਕਿ 100 ਰੁਪਏ ਰੋਜ਼ ਦਾ ਨਹੀਂ ਕਮਾਉਂਦਾ ਅਤੇ 200 ਰੁਪਏ ਚਲਾਨ ਕੀਤਾ ਗਿਆ ਵਾ, ਔਰ ਮੈਂ ਡੀਜੀ ਸਾਹਿਬ ਨੂੰ ਮਿਲ ਕੇ ਵੀ ਔਰ ADC ਸਾਹਿਬ ਨਾਲ ਮੇਰੀ ਸਵੇਰੇ ਵੀ ਗੱਲ ਹੋ ਗਈ ਆ, ਜਿਨ੍ਹਾਂ ਨੇ ਕੱਲ੍ਹ ਚਲਾਨ ਕੀਤਾ ਸੀ ਉਹਦਾ ਟੈਲੀਫੋਨ ਬੰਦ ਆਉਂਦਾ ਪਿਆ ਸੀ। ਅਸੀਂ ਨਹੀਂ ਚਾਹਾਂਗੇ ਵੀ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਇੰਸੀਡੈਂਟ ਹੋਵੇ। ਮੈਂ ਪਹਿਲੇ ਕਹਿ ਚੁੱਕਾ ਹਾਂ ਵੀ ਇਨਕਰੋਚਮੈਂਟ ਨਹੀਂ ਹੋਣੀ ਚਾਹੀਦੀ, ਕਿਉਂਕਿ ਛੋਟਾ ਸ਼ਹਿਰ ਵਾ, ਛੋਟੀਆਂ ਸੜਕਾਂ ਨੇ, ਲੋਕਾਂ ਨੂੰ ਆਵਾਜਾਈ ਸਾਧਨ ਦੇ ਵਿੱਚ ਮੁਸ਼ਕਲ ਹੁੰਦੀ ਹੈ। ਪਰ ਇਹ ਨਹੀਂ ਵੀ ਕਿਸੇ ਨੇ ਛੋਟੇ ਮੋਟੇ ਫੁੱਟਪਾਥ 'ਤੇ ਛੋਟੀ ਜਗ੍ਹਾ ਲਾਈ ਤਾਂ ਉਹਦੇ ਚਲਾਨ ਕੀਤਾ ਜਾਵੇ, ਉਹਨਾਂ ਨੋਟਸ ਭੇਜਣ, ਉਹਨਾਂ ਨੂੰ ਜਿਹੜੇ ਵਾਰਨਿੰਗ ਦੇਣ ਵੀ ਤੁਸੀਂ ਇਸ ਤਰ੍ਹਾਂ ਕੰਮ ਨਾ ਕਰੋ, ਜੇ ਉਸ ਤੋਂ ਬਾਅਦ ਵੀ ਨਹੀਂ ਹਟਦੇ ਤਾਂ ਜੋ ਮਰਜ਼ੀ ਅਚਨ ਚੀਜ਼ ਜਿਹੜਾ ਵਾ ਇਹ ਕੰਮ ਕੀਤਾ ਗਿਆ ਵਾ। ਇਹਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਬਹੁਤ ਹੀ ਜਿਹੜੀ ਹੈਗੀ ਆ ਦੁੱਖ ਦੀ ਲਹਿਰ ਵਾ, ਮੇਰੀ ਸਹਾਨੁਭੂਤੀ ਮੇਰੇ ਸ਼ਹਿਰ ਵਾਸੀਆਂ ਨਾਲ, ਮੇਰੇ ਉਹ ਦੁਕਾਨਦਾਰਾਂ ਨਾਲ ਜਿਹੜਾ ਕਿ 100-150 ਰੁਪਏ ਕਮਾਉਂਦੇ ਸਨ, ਉਹਨੂੰ 500 ਜਾਂ 200 ਰੁਪਏ ਜਮਾਨ ਕੀਤਾ ਗਿਆ ਵਾ। ਇਸ ਲਈ ਜੀ ਸਾਹਿਬ ਨਾਲ ਮਿਲ ਕੇ ਅਸੀਂ ਉਚਿਤ ਕਾਰਵਾਈ ਕਰਾਂਗੇ ਔਰ ਇਹ ਕੋਸ਼ਿਸ਼ ਕਰਾਂਗੇ ਕਿ ਉਹ ਇਹਦੇ ਪੈਸੇ ਹੋ ਸਕੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।